ਇਸ ਵਕਤ ਸੰਗਤਪੁਰਾ ਪਿੰਡ ਦੇ ਵਿੱਚ ਮੌਜੂਦ ਆ ਔਰ ਜਿੱਥੇ ਦੀਵਾਨ ਹਾਲ ਜਿੱਦਾਂ ਜਿਹੜਾ ਲੈਂਟਰ ਡਿੱਗਾ ਪੈਣ ਤੋਂ ਬਾਅਦ ਡਿੱਗਾ ਸੀ ਲੈਂਟਰ, ਇਹ ਵੀ ਦੱਸਦੀ ਔਰ ਤਸਵੀਰ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਸੰਗਤ ਦੇ ਨਾਲ ਨਾਲ ਪ੍ਰਸ਼ਾਸਨ ਦੇ ਅਧਿਕਾਰੀ ਔਰ ਸਾਰੇ ਸੰਗਤ ਜਿਹੜੀ ਹੈ ਮਿਲ ਕੇ ਸੇਵਾ ਕਰ ਰਹੀ ਹੈ ਔਰ ਪਲੇਟਸ ਜਿਹੜੀਆਂ ਨੇ ਉੱਥੋਂ ਚੁੱਕੀਆਂ ਜਾ ਰਹੀਆਂ ਨੇ। ਇਹ ਤਸਵੀਰਾਂ ਨੇ JCB ਮਸ਼ੀਨਾਂ ਜਿਹੜੀਆਂ ਲਗਾਈਆਂ ਗਈਆਂ ਨੇ। ਇਸ ਦੇ ਨਾਲ ਹੀ ਜੇ ਗੱਲ ਕੀਤੀ ਜਾਵੇ ਤਾਂ ਪ੍ਰਸ਼ਾਸਨ ਦੇ ਪੁਖਤਾ ਪ੍ਰਬੰਧ ਜਿਹੜੇ ਨੇ ਇੱਥੇ ਦਿਖਾਈ ਦੇ ਰਹੇ ਨੇ ਔਰ ਬਾਬਾ ਜੀ ਸਾਡੇ ਨਾਲ ਨੇ। ਬਾਬਾ ਜੀ ਚੜ੍ਹਦੀ ਕਲਾ ਮਹਾਂਪੁਰਖਾਂ ਦੀ ਬੜੀ ਕਿਰਪਾ ਹੁੰਦੀ ਹੈ, ਮਹਾਂਪੁਰਖਾਂ ਦੀ ਜਿਹੜੇ ਸਿੰਘ ਹੈਗੇ ਆਪਾਂ ਕੱਢ ਲਿਆ ਅਤੇ ਬਾਕੀ ਇਹ ਆ ਕਿ ਝੂਠੀਆਂ ਅਫਵਾਹਾਂ ਬੜੀਆਂ ਫੈਲਾਉਣ ਡਿਆ, ਤੁਸੀਂ ਨਾ ਫੈਲਾਓ ਕਿਉਂਕਿ ਸਿਰਫ ਬਾਬਾ ਜੀ ਨੇ ਕਿਹਾ ਵਾ ਕਿ ਅੱਗੇ ਸਰਚ ਕਰਨਾ ਵਾ ਕਿ ਕੋਈ ਆਪਣਾ ਜਿਹੜਾ ਸਿੰਘ ਕੋਈ ਥੱਲੇ ਨਾ ਹੋਵੇ, ਪਰ ਇਹ ਆ ਕਿ ਕੋਈ ਸਿੰਘ ਥੱਲੇ ਹੈ ਨਹੀਂ ਆ, ਉਹ ਸਿਰਫ ਸਰਚ ਕਰਨ ਡਏ ਆ ਕਿ ਇੱਕ ਲੋਕ ਜਿਹੜੇ ਅਫਵਾਹਾਂ ਫੈਲਾਉਂਦੇ ਪਏ ਉਹ ਨਾ ਕਰਨ। ਬਿਲਕੁਲ, ਇੱਕ ਇਹ ਵੀ ਗੱਲ ਕਰ ਲਈ ਹੈ ਕਿ 12-13 ਜਣੇ ਜਿਹੜੇ ਜ਼ਖਮੀ ਹੋਏ ਨੇ ਘੱਟ ਇੰਜਰਡ ਨੇ, ਕੋਈ ਜ਼ਿਆਦਾ ਗੰਭੀਰ ਨਹੀਂ ਨੇ। ਕੋਈ ਨਾ ਕੋਈ ਸੀਰੀਅਸ ਮੈਟਰ ਨਹੀਂ ਹੈਗਾ, ਉਹ ਸੱਟ ਪੇਟ ਤੋਂ ਚਲੋ ਮਾੜਾ ਮੋਟਾ ਜਿਹੜਾ ਲੱਗੀ ਆ ਉਹ ਲੱਗੀ ਆ, ਬਾਕੀ ਕੋਈ ਚੜ੍ਹਦੀ ਕਲਾ ਵਾ ਬਚਾਅ ਹੋ ਗਿਆ। ਲੈਂਟਰ ਸਾਰਾ ਪੈ ਚੁੱਕਾ ਸੀ, ਲੈਂਟਰ ਸਾਰਾ ਪੈ ਚੁੱਕਾ ਸੀ ਅਤੇ ਲੈਂਟਰ ਪੈਣ ਤੋਂ ਬਾਅਦ ਇਹ ਲੈਂਟਰ। ਬਿਲਕੁਲ, ਇਹ ਤੁਸੀਂ ਤਸਵੀਰ ਦੇਖ ਸਕਦੇ ਹੋ ਔਰ ਸਾਰੇ ਇਹ ਸੇਵਾ ਉੱਥੇ ਕਰ ਰਹੇ ਨੇ ਅਤੇ ਸਾਰਾ ਇਹ ਮਿਲ ਕੇ ਉੱਥੇ ਸੇਵਾ ਕਰ ਰਹੇ ਨੇ। ਜਿਸ ਤਰ੍ਹਾਂ ਮਸ਼ੀਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਔਰ ਉਹ ਹੋਲਡਿੰਗ ਵੱਡੀ ਮਸ਼ੀਨ ਜਿਹੜੀ ਆ ਹੁਣ ਇੱਥੇ ਪਹੁੰਚ ਚੁੱਕੀ ਹੈ ਔਰ ਸਰਚ ਜ਼ਰੂਰ ਜਿਹੜੀ ਕੀਤੀ ਜਾ ਰਹੀ ਹੈ। ਸ਼ੰਕਾ ਕਿਤੇ ਨਾ ਕਿਤੇ ਜ਼ਰੂਰ ਜਿਤਾਈ ਜਾਂਦੀ ਹੈ ਕਿ ਕੋਈ ਵੀਰ ਭਰਾ ਕਿਤੇ ਮੁਸੀਬਤ ਦੇ ਵਿੱਚ ਜਾਂ ਉੱਥੇ ਜਿਹੜਾ ਹੈ ਨਾ ਦੱਬਿਆ ਹੋਵੇ। ਇਹ ਤਸਵੀਰਾਂ ਨੇ ਸੰਗਤਪੁਰਾ ਦੇ ਪਿੰਡ ਦੀਆਂ। ਅੱਜ ਪਿੰਡ ਸੰਗਤਪੁਰਾ ਵਿਖੇ ਪਿੰਡ ਦੀ ਕਮੇਟੀ ਵੱਲੋਂ ਜੋ ਪਿੰਡ ਦੇ ਸਹਿਯੋਗ ਦੇ ਨਾਲ ਦੀਵਾਨ ਹਾਲ ਦੇ ਉੱਤੇ ਲੈਂਟਰ ਪਾਇਆ ਜਾ ਰਿਹਾ ਹੈ, ਸੋ ਬਹੁਤ ਵਧੀਆ ਲੈਂਟਰ ਪੈ ਗਿਆ ਸੀ। ਸੋ ਮਹਾਂਪੁਰਖ ਬਾਬਾ ਅਵਤਾਰ ਸਿੰਘ ਜੀ ਗੁਰਸਿੰਘ ਵਾਲੇ ਵੀ ਪਹੁੰਚੇ, ਕਿਉਂਕਿ ਕਈਆਂ ਦੇ ਮਨਾਂ ਦੇ ਵਿੱਚ ਵਾ ਕਿ ਸਾਰਾ ਕੁਝ ਬਾਬਾ ਅਵਤਾਰ ਸਿੰਘ ਜੀ ਕਰ ਰਿਹਾ, ਪਰ ਨਹੀਂ, ਇਹ ਪਿੰਡ ਦੀ ਕਮੇਟੀ ਵੱਲੋਂ ਸਾਰਾ ਕੁਝ ਹੋਇਆ ਵਾ। ਸੋ ਸੰਗਤਾਂ ਨੂੰ ਬਾਬਾ ਜੀ ਨੂੰ ਬੇਨਤੀ ਆ ਕਿ ਪਿੰਡਾਂ ਦੀ ਸੰਗਤ ਜਿਹੜੀ ਉਹ ਨਾ ਆਵੇ। ਬਾਕੀ ਬਹੁਤ ਵਧੀਆ ਕਾਰਜ ਹੋ ਗਿਆ ਸੀ, ਪਰ ਬਹੁਤ ਇਹ ਮਾੜਾ ਹੋਇਆ। ਬਾਕੀ ਜਿਹੜੇ ਕੁਝ ਲੋਕ ਆ ਜਿਨ੍ਹਾਂ ਨੇ ਸੱਟਾਂ ਲੱਗੀਆਂ ਵਾ ਉਹਨਾਂ ਨੂੰ ਹਸਪਤਾਲ ਦੇ ਵਿੱਚ। ਕਿੰਨੇ ਬਾਬਾ ਜੀ ਉਹ ਕਿੰਨੇ ਬੰਦੇ ਸੀ? ਘੱਟ ਤੋਂ ਘੱਟ 10-15 ਕੁ ਸਰੀਰ ਹੈਗੇ ਆ, ਪਰ ਠੀਕ ਆ, ਕਾਇਮ ਆ ਜੀ। ਜਾਨੀ ਨੁਕਸਾਨ ਤੋਂ ਬਚਾਇਆ? ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ, ਬਾਕੀ ਆਹ ਛੱਟ ਦੇ ਆਧਾਰ 'ਤੇ ਆਪਾਂ ਵੇਖ ਰਹੇ ਹਾਂ, ਵੈਸੇ ਕੋਈ ਬੰਦਾ ਥੱਲੇ ਨੀਗਾ। ਸਾਡਾ ਨਾ ਪਿੰਡ ਹੈ ਲੋਕ ਜੋ 14 ਸਾਹਿਬ ਦੇ ਵਿੱਚ ਵਿਲੇਜ ਸੰਗਤਪੁਰਾ ਦੇ ਵਿੱਚ, ਇੱਥੇ ਗੁਰਦੁਆਰੇ ਸਾਹਿਬ ਦੇ ਵਿੱਚ ਇੱਕ ਲੰਗਰ ਹਾਲ ਜੋ ਹੈ ਉਹਦਾ ਲੈਂਟਰ ਪੈ ਰਿਹਾ ਸੀ। ਲਗਭਗ ਇਹ 9000 ਸਕੇਅਰ ਫਿੱਟ ਦਾ ਲੈਂਟਰ ਸੀ, 11 ਵਜੇ ਪੈਣਾ ਸ਼ੁਰੂ ਹੋਇਆ ਸੀ, ਬਟ ਸਮਹਾਓ ਇਹ 5 ਵਜੇ ਡਿੱਗਿਆ ਪੈਣ ਤੋਂ ਬਾਅਦ। ਇਹਦੇ ਵਿੱਚ ਕੇਵਲ ਕਹਿੰਦੇ ਆ ਕਿ ਕੁਛ ਬੰਦੇ ਜੋ ਹੈ, ਅਸੀਂ ਸਿਰਫ ਇਸ ਕਰਕੇ ਕਰ ਰਹੇ ਹਾਂ ਕਿ ਕੋਈ ਬੰਦਾ ਹੋ ਜਾਂ ਨਾ ਹੋ, ਹੁਣ ਸਾਨੂੰ ਪਤਾ ਨਹੀਂ ਹੈ, ਬਟ 12 ਬੰਦੇ ਇੱਥੇ ਫਟੜ ਹੋਏ ਹੈ, ਉਹ ਸਾਰੇ ਹੋਸਪਿਟਲ 'ਚ ਐਡਮਿਟ ਹੈ। ਸਾਡੀ ਐਂਬੂਲੈਂਸ, ALS, ਐਡਵਾਂਸ ਲਾਈਫ ਸਪੋਰਟ ਸਿਸਟਮ, ਸਾਰੀ ਡਾਕਟਰਸ ਦੀ ਟੀਮ, ਪੂਰਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਇੰਕਲੂਡਿੰਗ ਪੁਲਿਸ ਯਹਾਂ ਪੇ ਹੈ। ਅਸੀਂ ਇਸ SDRF ਦੀ ਟੀਮ ਅਸੀਂ ਬੁਲਾ ਲਿੱਤੀ ਗਈ ਹੈ, ਬਟ ਮੈਨੂੰ ਲੱਗਦਾ 2 ਘੰਟੇ ਸਾਰਾ ਕਲੀਅਰ ਹੋ ਜਾਏਗਾ। ਹੁਣ ਤੱਕ ਕੋਈ ਵੀ ਜੋ ਹੈ ਇੱਥੇ ਜਾਨ ਮਾਲ ਦੇ ਨੁਕਸਾਨ ਦਾ ਕੋਈ ਖਬਰ ਨਹੀਂ ਹੈ। ਮੈਂ ਪ੍ਰੇ ਕਰਦਾ ਕਿ ਕੋਈ ਐਸਾ ਨਾ ਹੋਵੇ। ਵੀ ਆਰ ਇਨ ਫੁੱਲ ਕੰਟਰੋਲ, ਤੁਸੀਂ ਦੇਖ ਰਹੇ ਹੋ 4-4 JCB ਲੱਗੀ ਹੋਈ ਹੈ ਇੱਥੇ। ਮੈਨੂੰ ਲੱਗਦਾ ਨਹੀਂ ਕਿ 400-500 ਲੋਕ ਜੋ ਹੈ ਇਹਨੂੰ ਮਲਬੇ ਨੂੰ ਹਟਾ ਰਹੇ ਹਨ। ਸਰ ਟੋਟਲ ਇੰਜਰੀ ਇੰਜਰਡ ਕਿੰਨੇ ਹੋਏ ਨੇ ਔਰ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ, ਜਿਵੇਂ ਅਫਵਾਹਾਂ ਜਿਵੇਂ ਸੋਸ਼ਲ ਮੀਡੀਆ 'ਤੇ ਅਸੀਂ ਫੈਲਾਈਆਂ ਜਾਂਦੀਆਂ?
ਟੋਟਲ ਜੋ 12 ਲੋਕ ਹੈ ਸਾਨੂੰ ਕਨਫਰਮੇਸ਼ਨ ਹੋਈ ਹੈ ਜੋ ਕਿ ਉਹਨਾਂ ਨੂੰ ਚੋਟ ਲੱਗੀ ਹੈ, ਸੀਰੀਅਸ ਕੋਈ ਵੀ ਨਹੀਂ ਹੈ, ਦੇਅਰ ਇਜ਼ ਨੋ ਪਰਸਨ ਹੂ ਇਜ਼ ਸੀਰੀਅਸ, ਕੇਵਲ ਇੱਕ ਬੰਦੇ ਦੀ ਜੋ ਹੈ ਨੱਕ ਦੇ ਵਿੱਚ ਜ਼ਿਆਦਾ ਫ੍ਰੈਕਚਰ ਹੋਇਆ ਹੈ, ਦੈਟ ਇਜ਼ ਦਾ ਓਨਲੀ ਇਸ਼ੂ, ਬਾਕੀ ਕੋਈ ਸੀਰੀਅਸ ਇੰਜਰੀ ਨਹੀਂ ਹੈ। ਔਰ ਲੋਕਾਂ ਨੂੰ ਅਸੀਂ ਇਹ ਕਹਿਣਾ ਚਾਹਵਾਂਗੇ ਕਿ ਜੋ ਕੰਮ ਕਰ ਰਹੇ ਹਾਂ ਉਹਨਾਂ ਨੂੰ ਪਲੀਜ਼ ਜੋ ਹੈ ਫੈਸਿਲੀਟੇਟ ਕਰਨ, ਫਾਲਤੂ ਇੱਥੇ ਖੜ੍ਹੇ ਹੋਣ ਦੀ ਜ਼ਿਆਦਾ ਜ਼ਰੂਰਤ ਨਹੀਂ ਹੈ। ਔਰ ਜੋ ਸੋਸ਼ਲ ਮੀਡੀਆ 'ਤੇ ਅਫਵਾਹਾਂ ਚੱਲ ਰਹੀਆਂ ਕਿ ਜੀ ਜੋ ਵੀ ਚੱਲ ਰਹੀ ਹੈ, ਕੋਈ ਵੀ ਇੱਥੇ ਹੁਣ ਤੱਕ ਡੈਥ ਦੀ ਕਨਫਰਮੇਸ਼ਨ ਜਾਂ ਬੰਦੇ ਫਸੇ ਹੋਣ ਦੀ ਕੋਈ ਵੀ ਪੁਸ਼ਟੀ ਨਹੀਂ ਹੈ। ਪਿੰਡ ਸੰਗਤਪੁਰਾ ਬਿੰਦਰ ਜੀ ਚੋਲਾ ਸਾਹਿਬ ਦੇ ਵਿੱਚ ਇੱਥੇ ਕੋਈ 4:30 ਵਜੇ ਤਲਾਹ ਮਿਲੀ ਸੀ ਕਿ ਗੁਰਦੁਆਰਾ ਸਾਹਿਬ ਦਾ ਨਵਾਂ ਲੈਂਟਰ ਪਾ ਰਹੇ ਸੀ ਅਤੇ ਉਹ ਲੈਂਟਰ ਡਿੱਗ ਪਿਆ, ਡਿੱਗਣ ਕਰਕੇ ਕਾਫੀ ਨੁਕਸਾਨ ਹੋਇਆ, ਕੁਛ ਬੰਦੇ ਵੀ ਫਸੇ ਆ, ਆਏ ਹੋ ਸਕਦੇ ਆ। ਜੋ ਤਲਾਹ ਪੈਣ 'ਤੇ ਫੌਰਨੀ ਪੁਲਿਸ ਪ੍ਰਸ਼ਾਸਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਮੌਕੇ 'ਤੇ ਪਹੁੰਚ ਗਿਆ, ਇਲਾਕੇ ਦੇ ਲੋਕਾਂ ਦੀ ਹਿਮਾਇਤ ਨਾਲ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ, 5 CCP ਮਸ਼ੀਨਾਂ ਲੱਗੀਆਂ, ਜਿਹੜੇ ਜ਼ਖਮੀ ਹੋਏ ਸੀ ਬੰਦੇ ਉਹਨਾਂ ਨੂੰ ਹਸਪਤਾਲ 'ਚ ਪਹੁੰਚਾ ਦਿੱਤਾ ਗਿਆ, ਪਰ ਅਜੇ ਤੱਕ ਸਾਨੂੰ ਕੋਈ ਥੱਲਿਓ ਬੰਦਾ ਨਹੀਂ ਲੱਭਾ। ਰਾਤ ਕਰ ਦੇ ਚੱਲ ਰਹੇ ਆ ਜੀ। ਗੁਰੂ ਜੀ ਬੜਾ ਖੁਸ਼ੀਆਂ ਭਰਿਆ ਸਮਾਂ ਮਾਲਕ ਨੇ ਸਾਡੇ ਵਾਸਤੇ ਬਖਸ਼ਿਆ। ਅੱਜ ਪਿੰਡ ਸੰਗਤਪੁਰਾ ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ ਬਾਬਾ ਦਰਸ਼ਨ ਦਾਸ ਜੀ ਮਹਾਂਪੁਰਸ਼ਾਂ ਦਾ ਪਾਵਨ ਸਥਾਨ ਆ, ਬੰਦਗੀ ਵਾਲਾ ਤਪ ਵਾਲਾ, ਇੱਥੇ ਦੀਵਾਨ ਹਾਲ ਦਾ ਅੱਜ ਲੈਂਟਰ ਪਾਇਆ ਸੀ, ਬਹੁਤ ਵੱਡਾ ਲੈਂਟਰ ਪਾਇਆ ਸੀਗਾ ਜੀ, 250 ਫੁੱਟ ਦੇ ਕਰੀਬ ਲਗਭਗ ਲੈਂਟਰ ਸੀ ਚਾਰ ਚੁਫੇਰਾ, ਔਰ ਸਾਰੇ ਇਲਾਕੇ ਦੀਆਂ ਸੰਗਤਾਂ ਨਗਰ ਸਾਰਾ ਲੈਂਟਰ ਪੈ ਗਿਆ ਬਿਲਕੁਲ। 25-30 ਮਿੰਟ ਬਾਅਦ ਵਿੱਚ ਸਤਿਕਾਰਯੋਗ ਬਾਬਾ ਜੀ ਵੀ ਅੰਮ੍ਰਿਤ ਵੇਲੇ ਤੋਂ, ਦਲ ਪੰਥ ਬਾਬਾ ਵਿਧੀ ਚੰਦ ਸਾਹਿਬ ਜੀ, ਮੌਜੂਦਾ ਮੁਖੀ ਸ਼੍ਰੀਮਾਨ ਸਿੰਘ ਸਾਹਿਬ, ਸੰਤ ਬਾਬਾ ਅਵਤਾਰ ਸਿੰਘ ਜੀ ਸੁਰਸੇਰ ਵਾਲੇ ਮਹਾਂਪੁਰਸ਼, ਸੋ ਉਹ ਵੀ ਹਾਜ਼ਰ ਹੋਏ ਖੁਸ਼ੀ ਦੇ ਮੌਕੇ 'ਤੇ। ਸੋ ਸਾਰਾ ਦਿਨ ਦਰਸ਼ਨ ਦੁਆਰੇ ਹੋਏ, ਜਕਾਰੇ ਲਾਏ, ਲੈਂਟਰ ਪਾ ਕੇ ਬਾਬਾ ਜੀ ਵੀ ਚਲੇ ਗਏ, ਸੰਗਤਾਂ ਵੀ ਚਲੇ ਗਈਆਂ, ਕੋਈ ਥੋੜ੍ਹੇ ਸਰੀਰ ਮਿਸਤਰੀ ਸਿੰਘ ਇੱਥੇ ਸਨ। ਔਰ ਦੁੱਖਦਾਈ ਖਬਰ ਪਤਾ ਲੱਗਾ ਕਿ ਇੱਕਦਮ ਗੜਗੜ ਦੀ ਆਵਾਜ਼ ਆਈ ਇੱਕ ਪਾਸੇ ਤੋਂ, ਅਤੇ ਸਾਰਾ ਹੀ ਲੈਂਟਰ ਜਿਹੜਾ ਵਾ ਉਹ ਡਿੱਗ ਪਿਆ ਜੀ। ਔਰ ਲੈਂਟਰ ਡਿੱਗਣ ਦੇ ਨਾਲ ਜਿਹੜੇ ਕੁਝ ਮਿਸਤਰੀ ਸਿੰਘ ਸੀ, 5-7 ਸਰੀਰ, ਉਹ ਛੋਟੀਆਂ ਮੋਟੀਆਂ ਸੱਟਾਂ ਆਈਆਂ ਨੇ, ਹਸਪਤਾਲ ਨੇ ਬਿਲਕੁਲ ਠੀਕ ਨੇ, ਹਾਲੀ ਤੱਕ ਬਿਲਕੁਲ ਚੜ੍ਹਦੀ ਕਲਾ, ਕਿਸੇ ਪ੍ਰਕਾਰ ਦਾ ਜਾਨੀ ਨੁਕਸਾਨ ਨਹੀਂ ਹੋਇਆ। ਔਰ ਮਲਬਾ ਵੇਖਿਆ ਜਾ ਰਿਹਾ ਵਾ, ਹੋ ਸਕਦਾ ਕੋਈ ਥੱਲੇ ਸਰੀਰ ਹੋਵੇ, ਪਰ ਨਹੀਂ, ਗੁਰੂ ਦੀ ਕਿਰਪਾ ਕਿਸੇ ਪ੍ਰਕਾਰ ਦਾ ਜਾਨੀ ਨੁਕਸਾਨ ਜਿਹੜਾ ਵਾ ਉਹ ਅਜੇ ਤੱਕ ਕੋਈ ਖਬਰ ਨਹੀਂ।